ਐਨਸ ਵਾਲਾ ਚ ਇੱਕ ਜਿਹੜੀ ਮੈਂ ਤੁਹਾਨੂੰ ਟ੍ਰਿਕ ਦੇਣ ਲੱਗਾ ਜਿਹੜੀ ਕਿ ਇੱਕ ਮੇਨ ਗੱਲ ਮੈਂ ਅੱਜ ਤੱਕ ਮਨ 10 ਸਾਲ ਹੋ ਗਏ ਨੇ ਇਸ ਫੀਲਡ ਵਿੱਚ ਜਿਹੜੀ ਮੈਂ ਗੱਲ ਢੂੰਡੀ ਜੇ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਲੱਗਾ ਇਹ ਇਤਨੀ ਜ਼ਿਆਦਾ ਇਟਾਲੀਅਨ ਨਹੀਂ ਹੈ ਜਿੰਨੀ ਕਿ ਤੁਸੀਂ ਇਹਨੂੰ ਸਮਝਦੇ ਹੋ ਤੁਸੀਂ ਐਂ ਜੀ ਸਮਝੋ ਕਿ ਸਾਡੇ ਲਿਸੈਂਸ ਵਿੱਚ ਸਿਰਫ ਦੋ ਕੁ ਸੋਪਰੋਲੇ ਠੀਕ ਹੈ ਮੈਂ ਤਜਰਬੇ ਨਾਲ ਇਹ ਗੱਲ ਕਿਾ ਕਰਨਾ ਸਾਡੇ ਇਸ ਕਿਤਾਬ ਦੇ ਵਿੱਚ ਦੋ ਕੁ ਸੋਪਰੋਲੇ ਮੈਂ ਬਸ ਉਹਦਾ ਮਾਣੀ ਯਾਦ ਕਰ ਲੈਣਾ ਮਨੂੰ ਸਾਰਾ ਲਾਇਸੈਂਸ ਸਾਰੇ ਸਵਾਲ ਆਣਾ ਸ਼ੁਰੂ ਹੋ ਜਾਣਗੇ ਹਕੀਕਤ ਗੱਲ ਜੇ ਹੁਣ ਦੇਖੋ ਤੁਸੀਂ ਇਹ ਜਿਹੜਾ ਤੁਸੀਂ ਆਪਣਾ ਵੇਈ ਕੋਲੀ ਲਫ਼ਜ਼ ਦੇਖ ਰਹੇ ਹੋ ਵੇਈ ਕੋਲੀ ਹਰ ਸਵਾਲ ਵਿੱਚ ਆ ਰਿਹਾ ਹਰ ਦੂਸਰੇ ਤੀਸਰੇ ਚੌਥੇ ਸਵਾਲ ਚ ਆ ਰਿਹਾ ਜਿਸ ਵੇਲੇ ਇਹਦਾ ਮਾਨੀ ਆ ਗਿਆ ਤੇ ਮਤਲਬ ਕਿ ਪੂਰੇ ਲਾਇਸੈਂਸ ਜਿੰਨੀ ਵਾਰੀ ਵੀ ਇਹਨੇ ਆਉਣਾ ਹੈ ਬਨੂ ਇਹਦਾ ਮਾਨੀ ਆਂਦਾ ਹੈ ਠੀਕ ਹੈ ਅੱਗੇ ਸੈਂਸਾ ਦਾ ਮਤਲਬ ਹੁੰਦਾ ਹੈ ਬਗੈਰ ਸੈਂਸਾ ਪਤਾ ਨਹੀਂ 2000 ਵਾਰੀ ਇਹਨੇ ਸਾਡੀ ਬੁੱਕ ਚਾਣਾ ਹੈ ਇਹਦਾ ਮਾਨੀ ਆ ਗਿਆ ਜਿੱਥੇ ਜਿੱਥੇ ਸਾਇੰਸਾਂ ਨੇ ਆਣੇ ਮਨੋਦ ਆ ਮਨੀ ਆ ਗਿਆ ਉਹ ਤੋਰੇ ਦਾ ਤੁਹਾਨੂੰ ਪਤਾ ਹੈ ਮੋਟਰ ਨੂੰ ਕਹਿੰਦੇ ਨੇ ਦੇਵ ਉਹਨਾਂ ਜ਼ਰੂਰ ਦੇਵ ਉਹਨਾਂ ਇਹ ਵੀ ਕੋ ਦੂਜੇ ਸਵਾਲ ਚ ਵੀ ਆਇਆ ਠੀਕ ਹੈ ਇਹ ਤੀਸਰੇ ਚ ਵੀ ਆਇਆ ਹੈ ਯਾਨੀ ਚੰਦ ਲਫ਼ਜ਼ਾਂ ਦੀ ਖੇਡ ਹੈ ਤੁਸੀਂ ਇਹਨੂੰ ਐਨੇ ਸਵਾਲ ਨਾ ਗਿਣਤੀ ਨਾ ਗਿਣੋ ਇਹਦੇ ਵਰਕੇ ਨਾ ਗਿਣੋ ਇਹਦੇ ਲੰਮੇ ਛੋਟੇ ਸਵਾਲ ਨਾ ਵੇਖੋ ਇਹ ਚੰਦ ਲਫ਼ਜ਼ਾਂ ਦੀ ਗੇਮ ਹੈ ਉਹ ਲਫ਼ਜ਼ ਪਹਿਲੇ ਜਿਦਾਂ ਕੋਈ ਯਾਦ ਕਰਨ ਚ ਥੋੜਾ ਜਿਹਾ ਔਖਾ ਲੱਗਦਾ ਤੇ ਜਿਹੜੇ ਨਸਤੇ ਨੇ ਉਹ ਵੀ ਪਹਿਲੇ ਮਹੀਨੇ ਚ ਨਸਦੇ ਜਿਹੜੇ ਮਹੀਨਾ ਡੇਢ ਕੱਢ ਜਾਣ ਨਾ ਇਹ ਲਫ਼ਜ਼ ਜਿਹੜੇ ਜਿਉਂ ਮੈਂ ਚਾਰ ਦੱਸੇ ਨੇ ਇਹਨਾਂ ਚਾਰ ਲਫ਼ਜ਼ਾਂ ਨੇ ਹਜ਼ਾਰਾਂ ਵਾਰੀ ਅੱਗੇ ਆਉਣੇ ਇਹਨਾਂ ਦਾ ਮਨ ਨਹੀਂ ਮਨੂ ਅੱਜ ਯਾਦ ਹੋਏਗਾ ਕੁਝ ਕੱਲ ਇਹ ਸਾਹਮਣੇ ਆਣਗੇ ਪਰਸੋਂ ਦੋ ਚਾਰ ਦਿਨ ਹਫ਼ਤਾ ਮਹੀਨਾ ਯਾਨੀ ਮੈਂ ਗੱਲ ਮੁਕਾਸੜੀ ਏ ਕਿ ਦੋ ਜਾਂ ਤਿੰਨ ਸੌ ਦੋ ਢਾਈ ਤਿੰਨ ਸੌ ਲਫ਼ਜ਼ਾਂ ਦੀ ਖੇੜ ਏ ਸਾਰੀ ਜਿਸ ਵਕਤ ਤੇ ਤੁਹਾਨੂੰ ਇੰਨੇ ਕੋ ਲਫ਼ਜ਼ ਆ ਜਾਂਦੇ ਨੇ ਤੁਹਾਡਾ ਪਤੰਤ ਹੋ ਜਾਂਦਾ ਹੈ